ਘੱਟ ਬਹੁਤ ਹੈ ਜੀ, 10,000 ਹੋਊਗਾ? ਨਹੀਂ 10 ਤਾਂ ਨਹੀਂ ਹੋਣਾ, ਪਰ ਹੈ ਕਾਫੀ 7-8 ਹਜ਼ਾਰ। ਇੰਨੇ ਬੰਦੇ ਖਾਉਂਦੇ, ਕੁਛ ਮੁੜ ਵੀ ਜਾਂਦੇ ਵਿੱਚ, ਮੁੜ ਵੀ ਜਾਂਦੇ ਵਿੱਚ ਦੂਰ ਵਾਲੇ, ਲੋਕਲ ਵੀ ਚਲੇ ਜਾਂਦੇ ਨਾਲ, ਹਾਜ਼ਰੀ ਲੱਗ ਗਈ ਕਹਿੰਦਾ। ਮਾੜੀ ਸੋਚ ਹੈ ਵੈਸੇ? ਨਹੀਂ, ਬੰਦੇ ਬਹੁਤ ਹੋ ਗਏ ਜੀ, ਕਾਫੀ ਤੱਕ ਦੇਣੇ ਚਾਹੀਦੇ ਨੇ, ਬੈਰੀਕੇਡ ਦੇ ਚੱਕਣੇ ਚਾਹੀਦੇ। ਹੁਣ ਤਾਂ ਅਗਲੇ ਇਹ ਕਿਹੜਾ ਰੁਕਣੀ ਜਨਤਾ ਕਿਸੇ, ਮਾੜਾ ਜਿਹਾ ਕਹੇ ਵੀ ਚੱਕ ਦੋ, ਘਰੇ ਵੜ ਜਾਵੇ ਅਗਲੇ ਦੇ, ਪਲਾਓ ਚਾਹ ਸਾਰਿਆਂ ਨੂੰ, ਫਿਰ ਲਿਆਓ ਬੰਦਾ, ਇੱਦਾਂ ਹੋਣਾ ਚਾਹੀਦਾ। ਹੋਰ ਕੱਢੋ, ਤੁਹਾਡੇ ਮਾਂ ਦੇ ਟਾਈਮ ਹੈ ਹਲੇ 3 ਵਜੇ। ਹੋਰ ਹੁਣ ਤੋਂ ਬੰਦ ਹੋ ਗਿਆ, ਹੁਣ ਕੱਖ ਨਹੀਂ ਸੁਣਾਉਂਦਾ, ਜਬਾਨ ਬੰਦ ਹੋ ਗਈ। ਬਹੁਤ ਵਧੀਆ, ਹਲੇ ਤੇ ਇਕੱਠੀ ਹੋਣੀ ਜਨਤਾ, ਅੱਧੇ ਤੋਂ ਜ਼ਿਆਦਾ ਹੋਵੇ ਜੀ, ਕਿਲੋਮੀਟਰ ਹੋ ਗਿਆ, ਡਬਲ ਲਾਈਨਾਂ ਹੋ ਗਈਆਂ ਨਾ ਹੁਣ। ਜੱਥਾ ਪਹੁੰਚਿਆ, ਇਸ ਤੋਂ ਬਿਨਾਂ ਰੋਡਵੇਜ਼ ਦੇ ਬਹੁਤ ਵੱਡੇ ਸਾਥੀ ਜੱਥੇ ਬਣਾ ਕੇ ਪਹੁੰਚੇ ਨੇ, ਬਹੁਤ ਬਹੁਤ ਧੰਨਵਾਦ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੋ, ਪੰਜਾਬ ਸਰਕਾਰ ਮਰਦਾਬਾਦ, ਮੁਲਾਜ਼ਮ ਏਕਤਾ ਜ਼ਿੰਦਾਬਾਦ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਸਾਰੇ ਹੀ ਮੇਰੇ ਵੀਰ, ਮੇਰੇ ਭੈਣ ਆਏ ਹੋਏ, ਜਿਹੜੇ ਕਿ ਸਾਡੇ ਲੀਡਰ ਸਾਹਿਬਾਨ ਨੂੰ ਬਹੁਤ ਬਹੁਤ ਧੰਨਵਾਦ ਕਰਦੀਆਂ, ਜਿਹੜੇ ਆਪਣੇ ਜਗਦੀਆਂ ਜ਼ਮੀਰਾਂ ਵਾਲੇ ਅੱਜ ਆਪਣੇ ਹੱਕ ਲਈ ਇੱਥੇ ਬੈਠੇ ਹੈ। ਜਿਵੇਂ ਕਿਸਾਨ ਉੱਧਰ ਡਟੇ ਬੈਠੇ ਹੈ, ਅੱਜ ਆਪਣੇ ਜਿਹੜੇ ਪੁਰਾਣੀ ਪੈਨਸ਼ਨ ਵਾਸਤੇ ਇੱਥੇ ਮੁਲਾਜ਼ਮ ਬੈਠੇ ਹੈ, ਜਿਹੜੇ ਕਿ ਭਗਵੰਤ ਮਾਨ ਨੇ ਮੈਂ ਲਲਕਾਰ ਕੇ ਕਹਿੰਦੀ ਹਾਂ, ਅਸੀਂ ਉਹ ਮੁਲਾਜ਼ਮ ਹੈ ਜਿਨ੍ਹਾਂ ਨੇ ਨਹਿਰਾਂ 'ਚ ਛਾਲਾਂ ਮਾਰੀਆਂ ਸੀ, ਅਸੀਂ ਉਹ ਮੁਲਾਜ਼ਮ ਹੈ ਜਿਨ੍ਹਾਂ ਨੇ 6ਵੀਂ ਮੰਜ਼ਿਲ ਤੋਂ ਛਾਲਾਂ ਮਾਰੀਆਂ ਸੀ ਅਤੇ 28-28 ਦਿਨਾਂ ਦੇ ਮਰਨ ਵਰਤ ਰੱਖੇ ਹੈਗੇ। ਇਹ ਜਿਹੜਾ ਵਾਅਦਾ ਕੀਤਾ ਭਗਵੰਤ ਮਾਨ ਸਾਹਿਬ ਨੇ, ਤੁਸੀਂ ਇਹ ਜਿਹੜਾ ਪੂਰਾ ਕਰਦੇ ਪੁਰਾਣੀ ਪੈਨਸ਼ਨ ਦਾ। ਜਿੰਨੇ ਉੱਥੇ ਮੁਲਾਜ਼ਮ ਬੈਠੇ, ਮੈਂ ਦੱਸਣਾ ਚਾਹੁੰਦੀ ਹਾਂ ਵੀ ਜਿਹੜੀ ਪੁਰਾਣੀ ਪੈਨਸ਼ਨ ਹੈ, ਸਾਡੇ ਬੱਚਿਆਂ ਦਾ ਭਵਿੱਖ ਹੈ, ਸਾਡਾ ਭਵਿੱਖ ਹੈ। ਐਟ ਪ੍ਰੈਜੈਂਟ ਅਸੀਂ 50,000-40,000 ਤਨਖਾਹ ਲੈਂਦੇ ਹੈਗੇ, ਉਹਦੇ ਨਾਲ ਮੈਂ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੁੰਦੀ ਹੈਗੀ, ਸਿਰਫ ਸਾਡਾ ਦੁੱਧ ਦਾ ਗੁਜ਼ਾਰਾ, ਬੱਚੇ ਦੀ ਫੀਸ ਦਾ ਗੁਜ਼ਾਰਾ ਅਤੇ ਸਾਡਾ ਜਿਹੜਾ ਰੋਟੀ ਦਾ ਸਿਰਫ ਖਰਚਾ ਚੱਲਦਾ ਹੈਗਾ। ਆਉਣ ਵਾਲਾ ਜਿਹੜੇ 60 ਸਾਲ ਹੈਗੇ ਸਾਡੇ, ਜਦੋਂ ਅਸੀਂ ਰਿਟਾਇਰ ਹੋਣਾ, ਸਾਡੇ ਲਈ ਇਹ ਪੈਨਸ਼ਨ ਬਹੁਤ ਜ਼ਰੂਰੀ ਹੈ ਸਾਡੇ ਬੱਚੇ ਨੂੰ। ਅੱਜ ਇੱਕ ਮੈਂ ਹੋਰ ਗੱਲ ਦੱਸਣਾ ਚਾਹੁੰਦੀ ਹਾਂ, ਸਾਡੇ ਇੱਥੇ ਜਸਵੀਰ ਸਟਾਫ ਦੀ ਇੱਕ ਡੈਥ ਹੋ ਗਈ ਰਜਿੰਦਰਾ ਹੋਸਪਿਟਲ ਦੇ ਵਿੱਚ, ਅਚਾਨਕ ਰੈਗੂਲਰ ਨੂੰ ਸਿਰਫ 2 ਸਾਲ ਹੋਏ ਸੀਗੇ, ਨਾ ਤਾਂ ਉਹਦੇ ਬੱਚੇ ਨੂੰ ਅੱਜ ਕੋਈ ਨੌਕਰੀ ਮਿਲੀ, ਨਾ ਬੱਚੇ ਨੂੰ ਪੈਨਸ਼ਨ ਮਿਲੀ, ਰੁਲ ਰਹੀ ਹੈ ਕਿਸੇ ਰਿਸ਼ਤੇਦਾਰ ਦੇ ਵਿਚਾਰੀ ਉੱਥੇ। ਮੈਂ ਦੱਸਣਾ ਚਾਹੁੰਦੀ ਹਾਂ ਭਗਵੰਤ ਮਾਨ ਇਹ ਨਾ ਹੋਵੇ, ਇੱਥੇ ਜਿੰਨੇ ਮੁਲਾਜ਼ਮ ਬੈਠੇ ਹੈਗੇ ਸੌ ਖਾ ਕੇ ਜਾਓ, ਕਿਉਂਕਿ ਜੇ 2 ਲੱਖ ਮੁਲਾਜ਼ਮ ਆ ਨਾ ਆਪਣੇ, 2 ਲੱਖਾਂ ਦੇ ਨਾਲ ਵੋਟਾਂ ਕਿੰਨੀਆਂ ਜੁੜੀਆਂ ਹੋਈਆਂ ਤੁਹਾਡੀਆਂ, ਭਾਵਾਂ ਕੋਈ ਰਿਸ਼ਤੇਦਾਰ ਹੈਗਾ ਭਗਵੰਤ ਮਾਨ ਦੇ ਜਾਂ MLA ਦਾ ਜਾਂ ਕੋਈ ਮੰਤਰੀ ਦਾ, ਕਿਸੇ ਨੇ ਵੋਟ ਨਹੀਂ ਪਾਉਣੀ ਜਦੋਂ ਵੱਡੀਆਂ ਵੋਟਾਂ ਆਉਣੀਆਂ ਤੇ 24 ਦੀਆਂ ਵੋਟਾਂ ਪਾਉਣੀਆਂ। ਰੱਜ ਕੇ ਪਿੱਟੋ, ਸਾਰੇ ਪਿੱਟੋ, ਭਗਵੰਤ ਮਾਨ ਮਰ ਗਿਆ, ਜੈ ਜਨਤਾ ਜੈ ਸਿੰਘਰਸ। ਸਾਡੇ ਵਿੱਚ ਗੁਰਦਾਸਪੁਰ ਤੋਂ ਵੱਡੀ ਗਿਣਤੀ ਦੇ ਵਿੱਚ ਕੁਲਵੰਤ ਕਨੌਰੀ ਜੀ,
ਬਹੁਤ ਵੱਡਾ ਜੱਥਾ ਪਹੁੰਚਿਆ। ਸੋ ਸਾਥੀਆਂ ਦਾ ਨਾਅਰਿਆਂ ਦੇ ਨਾਲ ਸਵਾਗਤ ਕਰਾਂਗੇ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਾਥੀਓ, ਨਾਅਰਿਆਂ ਦੀ ਆਵਾਜ਼ ਉਨੀ ਜੋਸ਼ ਨਾਲ ਨਹੀਂ ਆ ਰਹੀ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ, ਬਹਾਲ ਕਰੋ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਐਨਪੀਐਸ ਕਟੌਤੀ ਬੰਦ ਕਰੋ। ਫਰੀਦਕੋਟ ਤੋਂ ਸਾਥੀ ਪਹੁੰਚੇ ਨੇ, ਆਪਾਂ ਸਾਰਿਆਂ ਦਾ ਨਾਅਰਿਆਂ ਦੇ ਨਾਲ ਸਵਾਗਤ ਕਰੀਏ। ਪੰਜਾਬ ਸਰਕਾਰ ਮੁਰਦਾਬਾਦ, ਸਾਡਾ ਏਕਾ ਜਿੰਦਾਬਾਦ। ਪੁਰਾਣੀ ਪੈਨਸ਼ਨ ਬਹਾਲ ਕਰੋ, ਪੁਰਾਣੀ ਪੈਨਸ਼ਨ ਬਹਾਲੀ। ਸਾਂਝਾ ਮੋਰਚਾ ਜਿੰਦਾਬਾਦ। ਬੇਨਤੀ ਆ ਵੀ ਦੋ ਦੋ ਮਿੰਟਾਂ ਦੇ ਵਿੱਚ ਹੀ ਬੁਲਾਰੇ ਆਪਣੀ ਗੱਲ ਰੱਖ ਲੈਣ।